हम घर साजण आए प्यारिया, हम घर साजण आए, हम घर साजण आए प्यारिया, हम घर साजण आए। कल जी साढ़े इतने प्रोग्राम सीगा तिया का, और जिस दे विच की 70-80 लेडीज इकट्ठिया हुई सीगिया, और असी उन्हां दे स्वागत दे वास्ते कुछ लाइना गाईयां सीगियां, और मैनू नहीं पता सीगा कि वह पवित्र गुरबाणी दीयां लाइना ने। सो मैं सारे कोलों की हाथ जोड़ के माफ़ी मंगदा कि जे किसी के मन में कोई ठेस पहुंची है तो तुसीं मैनू सारे माफ़ कर दिओ। किसी ने सिख दे वाल कटते असी माफ़ी देती, किसी ने गुरद्वारा साहब डांसरां लालियां डीजे लाले असी माफ़ी देती, कोई गाने ला के बह के असी माफ़ी देती। असल जो डांग फड़ी हो जो रीह ना कुटे ना तुम लत्तां पावां तां वे तोड़ फिर बाद कहे तू हुण माफ़ी मांग। वैसे तो तियां दे त्यौहार की गल करिए इस बारे काफ़ी कुछ अजिहा विवादित है तो शक्की भी है, क्योंकि मन्या जाता है कि पहले समय जदों मुगल राज सी तां मुगल राजे ते अहलकार सोहणियां कुड़ियां की निशानदेही करन लई इलाके दीआं कुड़ियां नूं इक थां बुलाउंदे सी ते उत्थों ये तियां शुरू हुई जो अज दे समें पंजाबी सभ्याचार का हिस्सा बना लिया गया। इसे तियां च एक शर्मनाक करतूत सामने आई है जदों जीरकपुर के सेठी ढाबे के मालक सोनू सेठी वालों तियां दे त्यौहार मौके गुरबाणी दीआं पंक्तियां नूं गीत वांग नंगे सिर गाया गया ते तियां मनाउण आईआं औरतां दा गुरबाणी दे शब्द हम घर साजन आए दे नाल स्वागत किया गया, जिसकी वीडियो सोशल मीडिया से वायरल हो रही है। हम घर साजन आए प्यारिया, हम घर साजन आए, हम घर साजन आए प्यारिया, हम घर साजन आए, हम घर साजन आए प्यारिया, हम घर साजन आए, हम घर साजन आए प्यारिया, हम घर साजन आए, साचे मेल मिलाए प्यारिया, साचे मेल मिलाए। ये वीडियो वायरल होने मगरों भाई परमजीत सिंह अकाली वालों सेठी ढाबे के मालक सोनू सेठी नाल फोन पर गलबात की गई है तो इस बाबत उसकी खुंभ ठप भी की गई है। सुनो अकाली वालों सोनू सेठी नाल हुई फोन पर गलबात। हैलो, हाँ सोनू सेठी। हाँ जी भाजी, सत श्री अकाल जी। सत श्री अकाल, परमजीत सिंह अकाली बोलदा मैं। हाँ जी हाँ जी। की काम करदा तू? मेरा ढाबा है जी इत्थे सेठी ढाबे दे नाम तों। ढाबे ते की करन रहा तू उत्थे? ਕੀ ਪ੍ਰੋਗਰਾਮ ਸੀ ਤੇਰਾ? ਸਾਡਾ ਜੀ ਤੀਆਂ ਦਾ ਪ੍ਰੋਗਰਾਮ ਸੀਗਾ ਜੀ। ਛਤੀਆਂ ਮਨਾ ਰਿਹਾ ਸੀ ਤੂੰ? ਹੈ ਨਹੀਂ, ਮੈਂ ਨਹੀਂ ਮਨਾ ਰਿਹਾ ਸੀ, ਲੇਡੀਜ਼ ਦਾ ਪ੍ਰੋਗਰਾਮ ਸੀਗਾ ਜੀ, ਉੱਥੇ ਉਹਨਾਂ ਨੇ ਸਾਡਾ ਟੱਬ ਬੁੱਕ ਕਰਾਇਆ ਸੀ। ਨੱਚੇ ਤੇ ਤੂੰ ਡਿਆ, ਬੋਲੀਆਂ ਤੂੰ ਪਾਉਣ ਡਿਆ ਉੱਥੇ? ਭਾਜੀ ਹੁਣ ਮੈਂ ਸੋਸ਼ਲ ਵਰਕਰ ਵੀ ਹਾਂ ਜੀ, ਐਂਬੂਲੈਂਸ ਵੀ ਸਾਡੀਆਂ ਇੱਥੇ ਪਾਈਆਂ ਹੋਈਆਂ ਤਿੰਨ ਸ਼ਹਿਰ ਦੇ ਵਿੱਚ, ਡੈਡ ਬੋਡੀਆਂ ਦੇ ਸੰਸਕਾਰ ਇਸ ਤਰ੍ਹਾਂ ਦੇ ਕੰਮ ਵੀ ਕਰਦੇ ਹਾਂ। ਤੇ ਲਾਇਸੈਂਸ ਮਿਲ ਗਿਆ ਤੈਨੂੰ ਵੀ ਗੁਰਬਾਣੀ ਦੀ ਵਿਦਵੀ ਕਰੇ ਤੂੰ? ਵੀਰ ਜੀ ਮੈਨੂੰ ਇਹਦਾ ਗਿਆਨ ਨਹੀਂ ਸੀਗਾ ਜੀ ਕਿ ਇਹ। ਕਿਉਂ ਗਿਆਨ ਕਿਉਂ ਨਹੀਂ ਤੈਨੂੰ? ਤੈਨੂੰ ਇੰਨਾ ਨਹੀਂ ਪਤਾ ਕਿੰਨੀ ਉਮਰ ਹੋ ਗਈ ਤੇਰੀ? 40 ਸਾਲ ਦੀ। ਫੋਨ ਬੰਦ ਨਾ ਕਰੀ, ਬੜੇ ਧਿਆਨ ਨਾਲ ਮੇਰੀ ਗੱਲ ਸੁਣ। 40 ਸਾਲ ਤੇਰੀ ਉਮਰ ਹੋ ਗਈ ਆ, ਤੈਨੂੰ ਇੰਨਾ ਨਹੀਂ ਪਤਾ ਵੀ ਗੁਰਬਾਣੀ ਕਿੱਥੇ ਪੜ੍ਹੀ ਜਾਂਦੀ ਆ, ਗੁਰਬਾਣੀ ਦਾ ਜਾਪ ਕਿੱਥੇ ਕੀਤਾ ਜਾਂਦਾ ਵਾ, ਕਿਹੜੇ ਤਰੀਕੇ ਨਾਲ ਮਰਿਆਦਾ ਨਾਲ ਬਾਣੀ ਪੜ੍ਹੀ ਜਾਂਦੀ ਆ, ਪਤਾ ਨੀ ਤੈਨੂੰ? ਕਦੀ ਗੁਰੂ ਘਰ ਨੀ ਗਿਆ ਤੂੰ? ਮੈਂ ਬਹੁਤ ਗਿਆ ਜੀ। ਤੇ ਬਹੁਤ ਗਿਆ, ਤੈਨੂੰ ਇਹ ਨੀ ਪਤਾ ਵੀ ਜੇ ਤੂੰ ਜਾਣਾ ਵਾ ਗੁਰੂ ਘਰ ਤੇ ਤੈਨੂੰ ਮਰਿਆਦਾ ਨੀ ਪਤਾ ਵੀ ਬਾਣੀ ਕਿਸ ਤਰ੍ਹਾਂ ਪੜ੍ਹੀ ਜਾਂਦੀ ਆ? ਤੂੰ ਬੋਲੀਆਂ ਪਾ ਰਿਹਾ ਵਾ ਗੁਰਬਾਣੀ ਦੀਆਂ, ਹੁਣ ਤੂੰ ਇੱਕ ਵੀਡੀਓ ਪਾ ਦਿੱਤੀ ਆ, ਹੱਥ ਜੋੜ ਕੇ ਮਾਫ਼ੀ ਮੰਗ ਲਈ ਆ, ਤੇ ਆਹ ਕੰਮ ਬੜਾ ਸੌਖਾ ਲੱਭ ਲਿਆ ਤੁਸੀਂ ਲੋਕਾਂ ਨੇ।
ਤੇਰੇ ਨਾਲ ਸਾਡੀ ਦੁਸ਼ਮਣੀ ਦੀ ਕਾਕਾ ਹੈਗੀ, ਨਾ ਤੈਨੂੰ ਅਸੀਂ ਜਾਣਦੇ ਕੌਣ ਆ ਤੂੰ, ਪਰ ਤੁਹਾਨੂੰ ਲੋਕਾਂ ਨੂੰ ਨਾ ਮੂੰਹ ਪੈ ਗਿਆ ਅਸਲ ਦੇ ਵਿੱਚ, ਪਤਾ ਕਿਉਂ? ਇਹ ਸਾਡੀ ਦਰਿਆਦਲੀ ਹੋ ਗਈ ਆ ਕੌਮ ਦੀ ਵੀ ਅਸੀਂ ਝੱਟ ਮਾਫ਼ੀ ਦੇ ਦਿੰਦੇ ਹਾਂ ਫੜ ਕੇ, ਕਿਸੇ ਨੇ ਸਿੱਖ ਦੇ ਵਾਲ ਕੱਟਦੇ ਅਸੀਂ ਮਾਫ਼ੀ ਦੇ ਦਿੱਤੀ, ਕਿਸੇ ਨੇ ਗੁਰਦੁਆਰਾ ਸਾਹਿਬ ਡਾਂਸਰਾਂ ਲਾਲੀਆਂ ਡੀਜੇ ਲਾ ਲਏ ਅਸੀਂ ਮਾਫ਼ੀ ਦੇ ਦਿੱਤੀ, ਕੋਈ ਗਾਉਣ ਵਾਲ ਲਾ ਕੇ ਬਹਿ ਕੇ ਅਸੀਂ ਮਾਫ਼ੀ ਦੇ ਦਿੱਤੀ। ਅਸਲ 'ਚ ਡਾਂਗ ਫੜੀ ਹੋਵੇ ਤੇ ਜਦੋਂ ਰੀਹ ਨਾਲ ਕੁੱਟੇ ਨਾ ਤੁਹਾਨੂੰ ਲੱਤਾਂ ਬਾਹਾਂ ਦੇਵੇ ਤੋੜ, ਫਿਰ ਬਾਅਦ 'ਚ ਕਹੇ ਵੀ ਹੁਣ ਮਾਫ਼ੀ ਮੰਗ। ਤੁਸੀਂ ਤੇ ਭਾਈ ਸਾਹਿਬ ਪਾ ਕੇ ਵੀਡੀਓ ਮਾਫ਼ੀ ਮੰਗ ਕੇ ਹੋ ਗਏ ਪਾਸੇ, ਤੇ ਜਿਹੜਾ ਤੁਹਾਡੀ ਵੀਡੀਓ ਹੋ ਗਈ ਵਾਇਰਲ, ਉਹਦਾ ਕੀ ਕਰੀਏ ਹੁਣ? ਮੈਂ ਜਵਾਬ ਮੰਗ ਰਿਹਾ ਤੇਰੇ ਕੋਲੋਂ ਵੀਰ ਜੀ, ਗਲਤੀ ਹੋ ਗਈ ਜੀ। ਇਹੋ ਤੇ ਮੈਂ ਤੈਨੂੰ ਕਹਿ ਰਿਹਾ ਨਾ ਵੀ ਹੁਣ ਤੂੰ ਤੂੰ ਤੇ ਦੋ ਲਫ਼ਜ਼ ਮਾਫ਼ੀ ਮੰਗ ਲੈ, ਵੀ ਦੋ ਲਫ਼ਜ਼ ਕਹਿ ਤੇ ਮਾਫ਼ੀ ਦੇ ਦੋ ਗਲਤੀ ਹੋ ਗਈ, ਤੇ ਤੈਨੂੰ ਮਾਫ਼ੀ ਕੌਮ ਕਰ ਦੂਗੀ। ਮੈਨੂੰ ਪਤਾ ਪੰਥਾ ਦਿਲ ਦਰਿਆ ਵਾ ਸਾਡੇ ਦਾ, ਪਰ ਇਹਦੇ ਨਾਲ ਕੀ ਜਿਹੜੀ ਤੇਰੀ ਵੀਡੀਓ ਵਾਇਰਲ ਹੋਈ ਆ, ਜਿਹੜੀ ਭਾਵਨਾਵਾਂ ਸੌਂਗਤੀਆਂ ਨੂੰ ਠੇਸ ਪਹੁੰਚ ਰਹੀ ਆ, ਜਿਹੜਾ ਬੰਦਾ ਕੋਈ ਵੀਡੀਓ ਵਹਿੰਦਾ ਵਾ ਉਹ ਕਲਪਦਾ ਵਾ ਸਿੱਖ ਸੱਚਾ ਸਿੱਖ ਗਾਲਾਂ ਕੱਢਦਾ ਤੈਨੂੰ ਮੱਥੇ ਤੇ ਹੱਥ ਮਾਰਦਾ, ਵੀ ਕੀ ਹਾਲਾਤ ਬਣ ਗਏ ਸਾਡੇ, ਕਿੱਥੇ ਰਹਿਣਾ ਕਿੱਥੇ ਆ ਤੂੰ? ਜੀਰਕਪੁਰ ਜੀ, ਏਦਾਂ ਨਾ ਤੈਨੂੰ ਮਾਫ਼ੀ ਮਿਲਣੀ ਹੋ, ਇਹ ਤੂੰ ਭੁਲੇਖਾ ਮਨ ਚੋ ਥੋੜਾ ਜਿਹਾ ਕੱਢ ਦੇ ਆਪਣੇ ਚੋਂ, ਤੇਰੇ ਤੇ ਕਰਾਉਣ ਲੱਗੇ ਪਰਚਾ, ਤੈਨੂੰ ਤੁਹਾਡੇ ਵਰਗੇ ਨੂੰ ਲੱਗ ਜੂ ਪਤਾ ਵੀ ਗਾਹ ਕਿੱਦਾਂ ਬੇਦਬੀ ਕਰਨੀ ਆ ਬਾਣੀ ਦੀ। ਯਾਰ ਤੁਸੀਂ ਲੋਕਾਂ ਨੇ ਸ਼ਰਮ ਹੀ ਲਾਈ ਆ, ਸੇਠੀ ਸਿਆਣਾ ਪੈਣਾ, 40 ਸਾਲ ਤੇਰੀ ਉਮਰ ਆ, ਤੂੰ ਆਹਨਾ ਮੈਂ ਸਮਾਜ ਸੇਵੀ ਆ, ਤੈਨੂੰ ਸਮਾਜ ਸੇਵੀ ਨੂੰ ਇਹ ਨੀ ਪਤਾ ਕਿਹੜੇ ਧਰਮ ਦਾ ਸਤਿਕਾਰ ਕਿੱਦਾਂ ਕਰੀਦਾ ਵਾ? ਵੀਰ ਜੀ ਹੁਣ ਮੈਂ ਕੀ ਕਹਿ ਸਕਦਾ ਜੀ, ਕੀ ਕਹਿ ਸਕਦਾ ਮਤਲਬ ਕੀ ਤੇਰਾ? ਹਾਂਜੀ, ਕੀ ਕਹਿ ਸਕਦਾ ਮਤਲਬ ਕੀ ਤੇਰਾ? ਵੀਰ ਜੀ ਮੇਰੀ ਇਹ ਮੇਰੀ ਕੋਈ ਭਾਵਨਾ ਇਹ ਵਾਲੀ ਨਹੀਂ ਸੀਗੀ ਕਿ ਮੈਂ ਕਿਸੇ ਨੂੰ ਠੇਸ ਪਹੁੰਚਾਵਾਂ, ਮੈਨੂੰ ਨਹੀਂ ਪਤਾ ਸੀਗਾ ਜੀ ਇਹਦੇ ਬਾਰੇ। ਤੈਨੂੰ ਪਤਾ ਨਹੀਂ ਹੈ ਵੀ ਬਾਣੀ ਕਿੱਦਾਂ ਪੜ੍ਹੀ ਜਾਂਦੀ ਆ, ਕਿਹੜੀ ਮੇਰੇ ਨਾਲ ਬੜੀ ਪੜ੍ਹੀ ਜਾਂਦੀ ਆ? ਤੂੰ ਕਹਿੰਦਾ ਮੈਂ ਗੁਰੂ ਘਰ ਜਾਂਦਾ ਵਾਂ, ਕਦੀ ਵੇਖਿਆ ਹੀ ਉੱਥੇ ਭੰਗੜਾ ਪਾ ਕੇ ਬਾਬਾ ਜੀ ਨੂੰ ਤੇ ਢੋਲ ਦੇ ਡਕੇ ਤੇ ਬਾਣੀ ਪੜ੍ਹਦੇ ਅੱਜ ਤੱਕ ਕਦੀ ਕਿਤੇ? ਵੀਰ ਜੀ ਤੁਸੀਂ ਮੇਰੇ ਕੋਲ ਜਿੱਥੇ ਮਰਜ਼ੀ ਜਿੱਥੇ ਮਾਫ਼ੀ ਮੰਗਵਾਉਣੀ ਆ ਮੰਗਵਾ ਲਓ, ਤੁਸੀਂ ਕਹਿੰਦਾ ਸਾਡੇ ਕੋਲ ਆ ਜਾ, ਮੈਂ ਤੁਹਾਡੇ ਕੋਲ ਆ ਜਾਂਦਾ। ਕੋਈ ਨੀ ਤੁਹਾਨੂੰ ਦੱਸਦੇ ਆ, ਤੈਨੂੰ ਫਿਰ ਮੰਗਵਾਉਣੇ ਮਾਫ਼ੀ ਤੇਰੇ ਕੋਲ, ਚਿੰਤਾ ਨਾ ਕਰ ਤੂੰ। ਇਸ ਮਗਰੋਂ ਸੋਨੂੰ ਸੇਠੀ ਵੱਲੋਂ ਆਪਣੇ ਫੇਸਬੁੱਕ ਪੇਜ 'ਤੇ ਵੀਡੀਓ ਪਵਾ ਕੇ ਇਸ ਗਲਤੀ ਦੀ ਸੰਗਤ ਤੋਂ ਮੁਆਫ਼ੀ ਵੀ ਮੰਗੀ ਗਈ ਹੈ। ਸ਼੍ਰੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੱਲ੍ਹ ਜੀ ਸਾਡੇ ਇੱਥੇ ਪ੍ਰੋਗਰਾਮ ਸੀਗਾ ਤੀਆਂ ਦਾ, ਔਰ ਜਿਸ ਦੇ ਵਿੱਚ ਕਿ 70-80 ਲੇਡੀਜ਼ ਇਕੱਠੀਆਂ ਹੋਈਆਂ ਸੀਗੀਆਂ, ਔਰ ਅਸੀਂ ਉਹਨਾਂ ਦੇ ਸਵਾਗਤ ਦੇ ਵਾਸਤੇ ਕੁਛ ਲਾਈਨਾਂ ਗਾਈਆਂ ਸੀਗੀਆਂ, ਔਰ ਮੈਨੂੰ ਨਹੀਂ ਪਤਾ ਸੀਗਾ ਕਿ ਉਹ ਪਵਿੱਤਰ ਗੁਰਬਾਣੀ ਦੀਆਂ ਲਾਈਨਾਂ ਨੇ। ਸੋ ਮੈਂ ਸਾਰਿਆਂ ਕੋਲੋਂ ਦੀ ਹੱਥ ਜੋੜ ਕੇ ਮਾਫ਼ੀ ਮੰਗਦਾ ਕਿ ਜੇ ਕਿਸੇ ਦੇ ਮਨ ਨੂੰ ਕੋਈ ਠੇਸ ਪਹੁੰਚੀ ਹੈ ਤਾਂ ਤੁਸੀਂ ਮੈਨੂੰ ਸਾਰੇ ਮਾਫ਼ ਕਰ ਦਿਓ। ਸ਼੍ਰੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੈਸੇ ਮੁਆਫ਼ੀ ਵਾਲਾ ਮਾਮਲਾ ਕਾਫ਼ੀ ਚੰਗਾ ਵੀ ਮੰਨਿਆ ਜਾਂਦਾ ਹੈ ਕਿ ਪਹਿਲਾਂ ਗਲਤੀ ਕਰਦੇ ਨੇ ਲੋਕ ਅਤੇ ਫਿਰ ਮੁਆਫ਼ੀ ਮੰਗ ਕੇ ਪਾਸੇ ਹੋ ਜਾਂਦੇ ਨੇ ਅਤੇ ਮਾਮਲਾ ਰਫਾ ਦਫਾ ਹੋ ਜਾਂਦਾ, ਪਰ ਕੀ ਇਸ ਬਾਬਤ ਸਿੱਖ ਜਥੇਬੰਦੀਆਂ ਨੂੰ ਕੋਈ ਪੁਖਤਾ ਕਾਰਵਾਈ ਨਹੀਂ ਕਰਨੀ ਚਾਹੀਦੀ? ਇਸ ਬਾਰੇ ਆਪਣੇ ਵਿਚਾਰ ਜ਼ਰੂਰ ਦਿਓ ਜੀ।